ਦੁਨੀਆਂ ਭਰ ਵਿੱਚ ਵਸਦੇ 51 ਕਰੋੜ ਤੋਂ ਵੱਧ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਭੁਲੇਖਾ ਟੀਵੀ ਤੁਹਾਡਾ ਮਨਪਸੰਦ ਭੁਲੇਖਾ ਟੀਵੀ ਜੋ ਭੁਲੇਖਾ ਨਹੀਂ ਪਾਉਂਦਾ ਰਾਹ ਪਾਉਂਦਾ ਹੈ ਤੇ ਉਸੇ ਭੁਲੇਖਾ ਟੀਵੀ ਵੱਲੋਂ ਪ੍ਰੋਗਰਾਮ ਗੱਲਬਾਤ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਤੁਹਾਡਾ ਸੇਵਕ ਗੱਲ ਇਹ ਹੈ ਬਈ ਕਿ ਬੇਖਬਰੀ ਦਾ ਇੱਕ ਆਪਣਾ ਹੀ ਮਜ਼ਾ ਹੈ ਚੰਗਾ ਭਲਾ ਬੇਖਬਰ ਬੰਦਾ ਸੀਟੀਆਂ ਮਾਰਦਾ ਸੜਕ ਤੇ ਜਾ ਰਿਹਾ ਹੁੰਦਾ ਤੇ ਪਤਾ ਉਦੋਂ ਲੱਗਦਾ ਹੈ ਖਬਰਦਾਰੀ ਉਦੋਂ ਹੁੰਦੀ ਹੈ ਜਦੋਂ ਅੱਗੇ ਗਟਰ ਦਾ ਢੱਕਣ ਕੋਈ ਜਾਸ ਚੁੱਕ ਕੇ ਲਾ ਗਿਆ ਹੁੰਦਾ ਤੇ ਬੇਖਬਰ ਬੰਦਾ ਜਿਹੜਾ ਕਿ ਬੜੀ ਮौज-ਮਸਤੀ ਦੇ ਵਿੱਚ ਸੀਟੀਆਂ ਮਾਰਦਾ ਜਾ ਰਿਹਾ ਉਹ ਘੜਮਸ਼ਲ ਗਟਰ ਦੇ ਵਿੱਚ ਜਾਂਦਾ ਪਰ ਪੰਜਾਬੀ ਜਿਹੜੇ ਨੇ ਉਹ ਬੇਖਬਰ ਨਹੀਂ ਪੰਜਾਬੀ ਬਾਲ ਭਾਵੇਂ ਕੁਛੜਦਾ ਹੋਵੇ ਦੁੱਧ ਚੁੰਗਣ ਵਾਲਾ ਹੋਵੇ ਤੇ ਭਾਵੇਂ ਬਾਬਾ ਕਬਰ ਦੇ ਵਿੱਚ ਟੰਗਾ ਸੁੱਟ ਗਏ 80 90 100 ਸਾਲ ਦਾ ਹੋ ਗਏ ਉਹ ਬਾਖਬਰ ਜ਼ਰੂਰ ਹੁੰਦਾ ਹੈ ਬੇਖਬਰੀ ਕਦੀ ਵੀ ਪੰਜਾਬੀਆਂ ਕੋਲੋਂ ਬਲਕੇ ਪੰਜਾਬੀਆਂ ਦੇ ਨੇੜ ਨੂੰ ਨਹੀਂ ਲੰਗੀ ਪੰਜਾਬੀ ਉਹਨੂੰ ਲੰਘਣ ਹੀ ਨਹੀਂ ਦਿੰਦੇ ਉਹਨੂੰ ਵੇਖੋ ਮम्मा ਦੀ ਖਾਹਿਸ਼ ਹੁੰਦੀ ਹੈ ਨਿਆਣਾ ਰੱਜ ਕੇ ਦੁੱਧ ਪੀਵੇ ਜਾਨ ਬਣਾਏ ਅੰਗੂ ਨਿਆਣੇ ਦਾ ਮੂੰਹ ਹੁੰਦਾ ਕਿ ਉਹ ਕਹਿੰਦਾ ਕਿ ਨਹੀਂ ਇਹ ਆਰਟੀਫੀਸ਼ੀਅਲ ਦੁੱਧ ਨਹੀਂ ਮਾਨੂੰ ਚਾਹੀਦਾ ਮਾਨੂੰ ਖਾਲਸ ਦੁੱਧ ਚਾਹੀਦਾ। لہذا وہ اپنا احتجاج ریکارڈ ਕਰਾਂਦਾ ਕਦੀ ਲਤਾ ਮਾਰਦਾ ਕਦੀ ਬਾਹ ਬਾ ਕਰਦਾ ਕਦੀ ਚੂ ਚੂ ਕਰਦਾ। ਲੇਕਿਨ ਮम्मा ਆਖਰ ਮम्मा ਹੈ। ਮम्मा ਕੀ ਕਰਦੀ ਹੈ ਕਿ ਫੀਡਰ ਚ ਦੁੱਧ ਪਾਇਆ ਤੇ ਨਿਆਣੇ ਦੇ ਮੂੰਹ ਜਵਾਤਾ। ਉਹਨਾਂ ਗੋ ਚੂਸਣੀ ਨਿਆਣੇ ਦੇ ਮੂੰਹ ਵਿੱਚ ਹੈ। ਨਿਆਣਾ ਪੰਜਾਬੀ ਹੈ ਸਮਝਦਾਰ ਹੈ ਸਾਇੰਸ ਦਾ ਨੇ। ਉਹ ਕੀ ਕਰਦਾ ਉਹਨੇ ਕਹਿਣਾ ਚੰਗਾ ਮਮਾ ਤੂੰ ਆਪਣੀ ਆਮਰੀਤ ਉਹ ਖਾਦੀ ਉਹ ਸਾੜੀ ਡੈਮੋਕਰੇਸੀ ਵੇਖ ਉਹ ਨਿਆਣਾ ਕੀ ਕਰਦਾ ਕਿ ਦੰਦਾਂ ਦੇ ਵਿੱਚ ਉਹ ਨਿਪਲ ਦਬ ਲੈਂਦਾ ਤਾਂ ਕਿ ਦੁੱਧ ਅੱਗੇ ਜਾ ਹੀ ਨਾ ਇਹਨੂੰ ਕਹਿੰਦੇ ਨੇ ਸੈਂਸ ਜ਼ਹਾਨਤ ਅਵੇਰਨੈਸ ਉਹ ਮਾਂ ਵਿਚਾਰੀ ਪਰੇਸ਼ਾਨ ਉਹ ਕਦੀ ਫੀਡਰ ਤੋਂ ਹੁੰਦੀ ਹੈ ਕਦੇ ਨਿਪਲ ਤੋਂ ਹੁੰਦੀ ਹੈ ਕਿ ਪਤਾ ਨਹੀਂ ਦੁੱਧ ਖਰਾਬ ਹੈ ਜਾਂ ਇਹਦੇ ਵਿੱਚ ਨਿਪਲ ਦੇ ਵਿੱਚ ਕੋਈ ਖਰਾਬੀ ਹੈ ਤੇ ਨਿਆਣਾ ਸਕੂਨ ਦੇ ਨਾਲ ਜਦ ਤੱਕ ਮਮਾ ਵਿਲੀ ਹੋ ਕੇ ਦੁਬਾਰਾ ਫੀਡਰ ਲੈਂਦੀ ਹੈ ਉਹ ਸਕੂਨ ਨਾਲ ਸੁਤਾ ਪਿਆ ਹੁੰਦਾ ਉਹਦੀ ਸਾਇੰਸ ਦਾ ਨਹੀਂ ਉਹਦੇ ਕੰਮ ਆ ਜਾਂਦੀ ਤੇ ਉਹ ਪੰਜਾਬੀ ਬਾਬਾ ਜਿਹੜਾ ਅਸੀਂ ਧੋਵੇ 100 ਸਾਲ ਦਾ ਹੈ ਕਬਰ ਵਿੱਚ ਟੰਗਾ ਨੇ ਹੱਥ ਵਿੱਚ ਸੋਟਾ ਉਹਦੀ ਅਵੇਰਨੈਸ ਉਹਦੀ ਸਾਇੰਸ ਕਿਸੇ ਹੋਰ ਹੀ ਟਾਈਪ ਦੀ ਉਹਨੂੰ ਪਤਾ ਹੈ ਕਿ ਜੇ ਉਹਨੂੰ ਅੱਖੋਂ ਕੁਝ ਨਜ਼ਰ ਵੀ ਨਹੀਂ ਆਂਦਾ ਤੇ ਕਿਹੜੇ الزاويه ਤੇ ਡੰਗ ਕਿਵੇਂ ਘੁਮਾਈ ਜਾਏ ਜਿਹੜੀ ਕੁੱਤੇ ਰੂ ਲੱਗਣ ਦੀ ਥਾਂ ਉਸ ਚੌਕੀਦਾਰ ਨੂੰ ਲੱਗੇ ਜਿਹੜਾ ਪਿੰਡ ਵਿੱਚ ਰੋਜ਼ ਉਹਨੂੰ ਖਰਾਟੇ ਮਾਰਨ ਤੋਂ ਰੋਕਦਾ ਹੈ ਇਹਨੂੰ ਕਹਿੰਦੇ ਨੇ ਸਾਈਸ ਅਵੇਅਰਨੈਸ ਅੱਜ ਦੇ بڑے ਲਿਖੇ ਨਿਆਣੇ ਜਿਹੜੇ ਨੇ ਉਹ ਭਾਵੇਂ ਇਹਦਾ تعلق ਜਿਸ ਨਾਲ ਮਰਜ਼ੀ ਜੋੜ ਦਨ ਪਰ ਹਕੀਕਤ ਇਹ ਹੈ ਕਿ ਸਭ ਤੋਂ ਪਹਿਲੇ ਅਮਾ ਖੈਰਾਂ ਦੇ ਕੋਲੋਂ ਅਸੀਂ ਇਹ ਪਤਾ ਲੱਗਿਆ ਕਿ ਪਾਪ ਹੁੰਦੀ ਕੀ ਹੈ ਪੰਜਾਬੀਆਂ ਨੂੰ ਕਰੋੜਾਂ ਸਾਲਾਂ ਤੋਂ ਪਤਾ ਸੀ ਕਿ ਪਾਪ ਕੀ ਹੁੰਦੀ ਹੈ ਪਾਪ ਜਦੋਂ ਨਿਕਲਦੀ ਹੈ ਤੇ ਹਾਂਡੀ ਦੀ ਛੋਣੀ ਵਾਰੂ ਕਰਕੇ ਜਿਹੜਾ ਉੱਪਰ ਹੀ ਜਾਂਦੀ ਹੈ ਐਸ ਲਈ ਉਹਨ ਪਤਾ ਹੈ ਕਿ ਜਦੋਂ ਹਾਂਡੀ ਦਾ ਗੁਬਾਰ ਉੱਠਦਾ ਹੈ ਪਾਪ ਨਿਕਲਦੀ ਹੈ ਉਹਦਾ ਟੱਕਣ ਆਪਣੀ ਥਾਂ ਤੇ ਨਹੀਂ ਰਹਿੰਦਾ ਕਿਸ ਬਸੰਦਾ ਹੈ ਹਿਲਦਾ ਵਿੱਚ ਉਹ ਇੱਕ ਪਾਸੋਂ ਬੋਰਦ ਨਹੀਂ ਸ਼ੂ ਕਰਕੇ ਜਿਹੜੀ ਹੈ ਪਾਪ ਨਿਕਲਦੀ ਹੈ ਔਰ ਐਸੇ ਤਜਰਬੇ ਤੋਂ استفادہ ਕਰਦੇ ਆਂ ਯੂਰਪ ਵਾਲਿਆਂ ਨੇ ਪਾਪ ਦਾ ਇੰਜਣ ਆਜਾਦ ਕੀਤਾ ਜਿਹੜਾ ਛਕ ਛਕ ਕਰਦਾ ਆਂਦਾ ਤੇ ਪਿੱਛੇ 10 20 150 ਡੱਬੇ ਖਿੱਚ ਕੇ ਉਹ ਲਿਆ ਜਾਂਦਾ ਜੋ ਮਾਲ ਗੱਡੀਆਂ ਤੇ ਹੋਰ ਵੀ ਉਹਦਾ ਕੰਮ ਸੌਗਾ ਛਕ ਛਕ ਉਹਦੀ ਵਧਦੀ ਹੈ ਕੋ ਲਗੜਾ ਵਧਦੀਆਂ ਨੇ ਅੱਗ ਵਧਦੀ ਹੈ ਪਾਪ ਵਧਦੀ ਤੇ ਸੇਮ ਇਹੋ ਚੀਜ਼ ਇਨਸਾਨ ਦੀ ਹੈ ਕਿ ਬੰਦੇ ਅੰਦਰ ਹਾਲਾਤ ਦਾ ਵਾਕਿਆਤ ਦਾ ਇੰਨਾ ਕੁ ਭੰਬੜ ਬਲਿਆ ਹੁੰਦਾ ਹੈ ਕਿ ਉਹਦੇ ਪੜਾਸ ਉਹਦੀ ਗੈਸ ਨਿਕਲਣਾ ਸ਼ੁਰੂ ਹੋ ਜਾਂਦੀ ਹੈ ਇਹ ਜਿਵੇਂ ਤੋਖੀਰੇ ਬੈਦਣੀ ਹੁੰਦਾ ਉਹ ਕਦਾ ਯਾਰ ਬੜੀਆਂ ਫਕੀਆਂ ਲਿਤੀਆਂ ਉਡਕਾਰ ਹੀ ਨਹੀਂ ਆਇਆ ਹੁਣ ਰੋਲਾ ਇਹ ਹੈ ਕਿ ਜਦੋਂ ਬੰਦੇ ਦੇ ਅੰਦਰ ਗੈਸ ਜਮਾ ਹੋ ਜਾਂਦੀ ਹੈ ਉਹਦੇ ਕਥਾਰਸਸ ਦੀ ਗੈਸ ਹਲਾਤੋ ਵਾਕਿਆ ਦੀ ਗੈਸ ਜਿਹੜੀ ਜ਼ਿੰਦਗੀ ਉਹ ਹੰਡਾਰਿਆ ਉਹਦੇ ਦੁੱਖਾਂ ਦੀ ਗੈਸ ਤੇ ਫਿਰ ਉਸ ਨੂੰ ਉਸ ਕਥਾਰਸਿਸ ਨੂੰ ਬਾਹਰ ਕੱਢਣ ਲਈ ਕੋਈ ਥਾਂ ਚਾਹੀਦੀ ਹੈ। ਉਹਨੂੰ ਰੋਲਾ ਇਹ ਵੀ ਹੈ ਕਿ ਗੈਸ ਤੇ ਜਿੰਨੀ ਮਰਜ਼ੀ ਭਾਰੀ ਸ਼ੈਅ ਦੇ ਦਿਓ, ਛੋਣੀ ਦੇ ਦਿਵਾਲੇ ਆਟਾ ਲਾ ਦਿਓ, ਮਿੱਟੀ ਲਾ ਦਿਓ, ਰਸੀਹਾ ਨਾਲ ਬੰਨ੍ਹ ਦਿਓ ਜਾਂ ਵੈਲਡ ਕਰ ਦਿਓ। ਤੇ ਜੇ ਥੱਲੇ ਅੱਗ ਬਲੇਗੀ, ਹਾਂਡੀ ਵਿੱਚ ਪਾਣੀ ਜਾਂ ਕੋਈ ਚੀਜ਼ ਹੋਏਗੀ ਤੇ ਫਿਰ ਦੋ ਹੀ ਨਤੀਜੇ ਨੇ। ਜੇ ਪਾਣੀ ਹੈ ਉਨੇ ਬਲਾਸਟ ਕਰ ਜਾਣਾ ਟੱਕਰ ਨੇ ਭਾਵੇਂ ਜਿੰਨੇ ਮਰਜ਼ੀ ਜੰਦੇ ਮਾਰ ਲਓ ਭਾਵੇਂ ਚਾਈਨਾ ਦੇ ਲਾਓ ਤੇ ਭਾਵੇਂ ਜਿਹੜਾ ਯੂਰਪ ਦੇ ਲਾਓ ਭਾਵੇਂ ਦੇਸੀ ਕਿਸੇ ਫਨਕਾਰ ਦੇ ਬਣਾਏ ਲਾਓ ਪਰ ਤਾਲੇ ਟੁੱਟ ਜਾਂਦੇ ਨੇ ਐਸਲੇ ਕਿ ਪਾਪ ਨੇ ਆਪਣੀ ਥਾਂ ਬਣਾਣੀ ਹੈ ਉਹਨੇ ਬਾਹਰ ਨਿਕਲਣਾ ਤੇ ਜੇ ਉਹਦੇ ਵਿੱਚ ਉਸ ਮੁਖਦਾਰ ਦਾ ਪਾਣੀ ਨਹੀਂ ਜਿਹੜਾ ਪਾਪ ਪੈਦਾ ਕਰ ਸਕੇ ਤੇ ਫੇਰ ਸਮਝੋ ਉਹ ਅੰਡੇ ਬਗਾਏ ਨੇ ਉਹ ਤੁਸੀਂ ਕਦੂ ਬਗਾਏ ਨੇ ਤੁਸੀਂ ਟਿੰਡੇ ਬਗਾਏ ਨੇ ਵੈਂਗਣ ਬਗਾਏ ਨੇ ਉਹਨੇ ਵਿੱਚ ਹੀ ਸੜ ਜਾਣਾ। ਯਾਨੀ ਪਾਫ ਨਹੀਂ ਬੰਨੀ ਉਹਨੇ ਵਿੱਚ ਹੀ ਸੜ ਜਾਣਾ ਪਤਾ ਉਦੋਂ ਲੱਗਦਾ ਜਦੋਂ ਛੁਣੀ ਦਾ ਟੱਕਣ ਖੋਲੋਗੇ ਤਾਲੇ ਖੋਲੋਗੇ ਤੇ ਵਿੱਚ ਹਾਂਡੀ ਦਾ ਉਹ ਨਕਸ਼ਾ ਹੋਏਗਾ ਜਿਹਨੂੰ ਤੁਸੀਂ 6 ਮਹੀਨੇ ਕੜਛ ਤਰ੍ਹਾਂ ਮੰਜੋ ਤੇ ਹਾਂਡੀ ਫੇਰ ਵੀ ਸਾਫ ਨਹੀਂ ਹੁੰਦੀ ਤੇ ਡੋਮੈਸਟਿਕ ਗਵਰਨਮੈਂਟ ਵੱਲੋਂ ਤੁਹਾਡੀ ਜਿਵੇਂ ਕਲਾਸ ਲਿੱਤੀ ਜਾਂਦੀ ਹੈ ਉਹਦੇ ਨਤੀਜੇ ਮੇਰੇ ਤੋਂ ਬਿਹਤਰ ਤੁਸੀਂ ਸਮਝ ਲਈਓ ਹੁਣ ਜਦੋਂ ਯੂਰਪ ਦੇ ਵਿੱਚ ਇੰਡਸਟਰੀਅਲ ਇਨਕਲਾਬ ਆਇਆ ਤੇ ਜਿਹੜੇ سرمایہਦਾਰ ਸਨ ਜਿਹੜੇ ਤਾਜਰ ਸਨ ਜਿਹੜੇ ਸਨਦਕਾਰ ਸਨ ਉਹਨਾਂ ਨੂੰ ਇੱਕੋ ਖੌਫ ਸੀ ਅਦੋਨੇ ਇੱਕੋ ਹੀ ਖੌਫ ਸੀ ਖੌਫ ਇਹ ਸੀ ਕਿ ਕਿਸੇ ਵੇਲੇ ਵੀ ਮਜ਼ਦੂਰਾਂ ਦੀ ਵਰਕਰਾਂ ਦੀ ਪੜਾਹਸ ਨਿਕਲ ਸਕਦੀ ਹੈ ਤੇ ਜੇ ਉਹਨਾਂ ਨੇ ਉਹਨਾਂ ਨੂੰ ਥੋੜਾ ਬਹੁਤ ਰਿਲੀਫ ਨਾ ਦਿੱਤਾ ਕੁਝ ਅਲਾਊਸਸ ਕੁਝ ਬੋਨਸ ਕੁਝ ਤਰਗੀਬਾਤ ਤੇ ਕੁਝ ਉਰਾ ਪਰਾਂ ਦੀਆਂ ਸਹੂਲਤਾਂ ਨਾ ਦਿੱਤੀਆਂ ਤੇ ਕਿਸੇ ਵੇਲੇ ਵੀ ਇਹ ਵਰਕਰ ਜਿਹਦੇ ਹੱਥ ਵਿੱਚ ਹਲਵੀਅਨ ਦੇ ਡੇ ਉੱਤੇ ਜਾਂ ਕ੍ਰਿਸਮਸ ਉੱਤੇ ਗੁਲਾਬ ਦੇ ਫੁੱਲ ਨੇ ਉਸ ਗੁਲਾਬ ਦੇ ਫੁੱਲੀ ਤਾਂ ਇਟ ਵੀ ਆ ਸਕਦੀ ਹੈ ਡੰਡਾ ਵੀ ਆ ਸਕਦਾ ਹੈ ਬੰਦੂਕ ਵੀ ਆ ਸਕਦੀ ਹੈ ਕਿਉਂਕਿ 1886 ਦੇ ਵੇਲੇ ਵਿੱਚ ਜਦੋਂ ਸ਼ਿਕਾਗੋ ਦੇ ਸ਼ਹੀਦਾਂ ਨੇ ਆਪਣੇ ਰਾਈਟਸ ਲਈ ਆਵਾਜ਼ ਚੁੱਕੀ ਔਕਾਤੇਕਾਰ 8 ਘੰਟੇ ਤੱਕ ਮ hạnੂਦ ਕਰਨ ਲਈ ਆਖਿਆ ਤੇ ਬਾਕੀ ਸਹੂਲਤਾ ਮੰਗੀਆਂ ਤੇ ਉਦੋਂ ਵੀ ਇਹੋ ਕੁਝ ਹੋਇਆ ਸੀ ਕਿ ਸ਼ਿਕਾਗੋ ਦੀਆਂ ਸਾਰੀਆਂ ਗਲੀਆਂ ਵਰਕਰਾਂ ਦੇ ਲਹੂ ਦੇ ਨਾਲ ਲਿਬੜ ਗਈਆਂ ਸਨ ਤੇ ਜਦੋਂ ਉਹਨਾਂ ਲੇਬਰ ਕਲਾਸ ਦੇ ਲੀਡਰਾਂ ਨੂੰ ਫੜ ਲਾਇਆ ਗਿਆ ਤੇ ਉਹਨਾਂ ਵਿੱਚੋਂ ਇੱਕ ਲੀਡਰ ਨੇ ਜੋ ਫਰਮਾਇਆ ਉਹ ਵੇਖੋ ਤੇ ਤਾਰੀਖ ਸਾਡੀ ਅੱਜ ਵੀ ਉਹ ਕੁਝ ਫਰਮਾ ਰਹੀ ਹੈ ਉਹਨੇ ਆਖਿਆ ਸੀ ਤੁਸੀਂ ਸਾਡੀ ਵਾਸ ਤੁਸੀਂ ਸਾਡੀ ਆਵਾਜ਼ ਚੁੱਪ ਕਰਾ ਸਕਦੇ ਹੋ ਪਰ ਚੇਤੇ ਰੱਖਿਆ ਜੇ ਸਾਡੀ ਚੁੱਪ ਸਾਡੀ ਆਵਾਜ਼ ਤੋਂ ਵੀ ਉੱਚੀ ਹੈ ਤੁਹਾਡਾ ਸਿਰ ਲਿਆ ਜਾਏਗੀ ਲਿਆਦਾ ਉਸ ਵੇਲੇ ਜਦੋਂ ਕਿ ਸੰਤੀ ਤਰੱਕੀ ਯੂਰਪ ਵਿੱਚ ਹੋ ਰਹੀ ਸੀ ਉਹਨਾਂ ਨੇ ਸੋਚਿਆ ਕਿ ਵਰਕਰਾਂ ਦੀ ਪੜਾਸ ਕੱਢੋ ਜੇ ਪੜਾਸ ਨਾ ਨਿਕਲੀ ਇਹਨਾਂ ਦਾ ਕਥਾਰਸਿਸ ਨਾ ਹੋਇਆ ਇਹਨਾਂ ਦੇ ਮਨ ਵਿੱਚ ਜਿਹੜੀਆਂ ਗੈਸਾਂ ਜਲ ਰਹੀਆਂ ਨੇ ਇਹਨਾਂ ਦੇ ਮਨ ਵਿੱਚ ਜੋ ਉਰਾ ਪਰਾਂ ਦੇ ਖਿਆਲਤ ਪੱਕ ਰਹੇ ਨੇ ਉਹ ਕਿਸੇ ਟਾਈਮ 'ਤੇ ਬਲਾਸਟ ਹੋ ਕੇ ਉਹਨਾਂ ਦਾ ਸਿਰ ਲੈ ਸਕਦੇ ਨੇ لہذا ਫੈਸਲਾ ਇਹ ਕੀਤਾ ਗਿਆ ਕਿ ਨਾਲ ਸਿਰਫ ਉਹਨਾਂ ਨੂੰ ਟ੍ਰੇਡ ਯੂਨੀਅਨ ਦੀ ਇਜਾਜ਼ਤ ਦਿੱਤੀ ਜਾਏ ਬਲਕੇ ਬੋਲੰਦਾਂ ਵੀ ਇਸ ਹਿਸਾਬ ਨਾਲ ਮੌਕਾ ਦਿੱਤਾ ਜਾਏ ਕਿ ਸਾਡੇ ਵਾਲੇ ਪਾਸੇ ਆਉਣ ਤੋਂ ਪਹਿਲਾਂ ਹੀ ਉਹਨਾਂ ਦੇ ਅੰਦਰ ਦੀ ਪੜਾਅ ਸੋ ਉਹਨਾਂ ਦੇ ਅੰਦਰ ਦਾ ਕਥਾਰਸਿਸ ਉਰਾਂ ਪਰਾਂ ਗਵਾਜ ਜਾਏ। ਔਰ ਇਹਦੇ ਚੋ ਕਾਮਯਾਬੀ ਰਹੇ। ਹੁਣ ਤੁਸੀਂ ਵੇਖੋ ਜੇ ਤੁਸੀਂ ਕਦੀ ਲੰਡਨ ਨਹੀਂ ਗਏ ਤੇ ਯਾਰ ਹੋਣੇ ਚਲੇ ਜੋ ਲੰਡਨ ਕਿਹੜਾ ਦੂਰ ਆ ਸਾਧ ਸਮੁੰਦਰ ਪਾਰ ਲੰਡਨ ਖੜਾ ਹੈ। ਪਰ ਯਾਦ ਰੱਖਿਆ ਜੇ ਉੱਥੇ ਜਾਂਦੇ ਹਜ਼ਾਰਾਂ ਰਸਤੇ ਨੇ। ਵਾਪਸੀ ਦਾ ਰਸਤਾ ਕੋਈ ਨਹੀਂ। ਇਹ ਨਾ ਹੋਵੇ ਕਿ ਵਾਪਸੀ ਦੇ ਰਸਤੇ ਭੁੱਲ ਜਾऊं ਤੇ ਮੰਦਿਰ ਤੇ ਜਲਦੇ ਦੀਵੇ ਬੁੱਝ ਜਾਣ ਤੇ ਉਹ ਗੱਲ ਹੋਵੇ ਜਿਵੇਂ ਸਿਆਣੇ ਕਹਿੰਦੇ ਸਨ ਸ਼ਾਮ ਵੇਲੇ ਕਹਾਣੀਆਂ ਨਾ ਸੁਣਾਇਆ ਜੇ ਰਾਈ ਕਰਦਾ راہ ਭੁੱਲ ਜਾਂਦੇ ਨੇ ਹੁਣ ਲੰਧਨਗਰ ਜਾऊं ਤੁਸੀਂ ਤੇ ਉੱਥੇ ਇੱਕ ਹਾਈਡ ਪਾਰਕ ਯਾਨੀ ਕਿ ਟੋਪੇ ਨਾਲ ਸਿਰ ਲੁਕਾਇਆ ਜੀ ਹਾਈਡ ਹੋ ਗਏ ਆ ਉਹ ਓਪਨ ਪਾਰਕ ਹੈ ਕਿ ਉਥੇ ਜਾ ਕੇ ਸਵਾਇ ਸ਼ਾਈ ਮਿਲਦੇ ਤੁਸੀਂ ਜਿਸ ਬੰਦੇ ਦੇ ਖਿਲਾਫ ਜਿਸ ادارے ਦੇ ਖਿਲਾਫ ਜਿਸ ਹਕੂਮਤ ਦੇ ਖਿਲਾਫ ਜੋ ਤੁਸੀਂ ਵਾਈ ਤਵਾਈ ਬਗਣਾ ਚਾਹੁੰਦੇ ਹੋ ਉਹ ਭੌਂਕੀ ਆਓ ਤੁਹਾਨੂੰ ਰੋਕਣ ਵਾਲਾ ਕੋਈ ਨਹੀਂ ਪੁਲਿਸ ਵਾਲੇ ਇੱਕ ਪਾਸੇ ਖੜੇ ਹੱਸ ਹੀ ਜਾਣਗੇ ਤੁਸੀਂ ਭਾਵੇਂ ਸੈਚਰ ਮਿਲਕ ਸੈਚਰ ਦੀ ਗੱਲ ਕਰੋ ਤੁਸੀਂ ਭਾਵੇਂ ਜਾਨ ਦੀ ਗੱਲ ਕਰੋ ਜਾਨ ਬੇਜਰ ਦੀ ਤੁਸੀਂ ਭਾਵੇਂ ਕਿਸੇ ਹੋਰ ਦੀ ਗੱਲ ਕਰੋ ਜਬਾਈਡਰ ਦੀ ਗੱਲ ਕਰੋ ਜਿਹਨੂੰ ਮਰਜ਼ੀ ਤੁਸੀਂ ਰਗੜੀ ਜਾਓ ਪੁੱਛ ਰਹਾ ਲਾ ਕੋਈ ਨਹੀਂ ਐਸ ਲਈ ਕਿ ਉਹਨਾਂ ਨੂੰ ਪਤਾ ਹੈ ਕਿ ਜੋ ਗੁਬਾਰ ਜਿਹੜੀ ਗੈਸ ਜਿਹੜਾ ਕਥਾਰਸਿਸ ਇਸ ਬੰਦੇ ਦੇ ਵਿੱਚ ਹੈ ਜੇ ਉਹ ਨਾ ਨਿਕਲਿਆ ਤੇ ਫਿਰ ਉਸਨੇ ਥੀਸੇ ਚੋਂ ਲਫਜ਼ ਨਹੀਂ ਕੱਢਨੇ ਫਿਰ ਉਹਨੇ ਡਾਇਰੈਕਟ ਬੰਦੂਕ ਨੂੰ ਹੱਥ ਪਾਣਾ لہذا ਉਹਦਾ ਕਥਾਰਸਿਸ ਹੋਂਦਿਓ ਉਹਦੀ ਪੜਾਸ ਨਿਕਲਣ ਦਿਓ ਉਹਦੀ ਗੈਸ ਨਿਕਲਣ ਦਿਓ ਜਦੋਂ ਇਹ ਸਾਰਾ ਤਬਖੀਰ ਉਹਦੇ ਚੋਂ ਨਿਕਲ ਜਾਏਗਾ ਤੇ ਸਮਝੋ ਕਿ ਫਿਰ ਉਹ ਰਿਲੈਕਸ ਹੋ ਜਾਏਗਾ ਉਹ ਨਾ ਡੇਂਜਰਸ ਨਹੀਂ ਰਹੇਗਾ ਜਿਹੜਾ ਕਿ ਤੁਹਾਡਾ ਸਿਰ ਲੈ ਸਕੇ ਹੁਣ ਅਲਬੀਆ ਇਹ ਹੈ ਕਿ ਇੱਥੇ ਪੰਜਾਬ ਦਾ ਨਿਆਂਇਤ ਤੋਂ ਲੈ ਕੇ ਬਾਬੇ ਤਾਈ ਹਰ ਬੰਦਾ ਸਾਇੰਸ ਦਾ ਨੇ ਸਿਰਫ ਇੱਕ ਟੈਕਨੋਲੋਜੀ ਆਜ਼ਾਦ ਨਹੀਂ ਹੋਈ ਉਹ ਇਹ ਕਿ ਆਪਣੀ ਪੜਾਅ ਆਪਣਾ ਕਥਾਰਸਿਸ ਆਪਣੇ ਅੰਦਰ ਜੋ ਕੋਈ ਵੀ ਲਾਵਾ ਉਬਲ ਰਿਹਾ ਹੈ ਪੱਕ ਰਿਹਾ ਹੈ ਉਰਾਂ ਪਰਾਂ ਹੋ ਰਿਹਾ ਉਸ ਨੂੰ ਕੱਢਣ ਦਾ ਕੋਈ ਜੈਸ ਤਰੀਕਾ ਨਹੀਂ ਹੈ ਕੋਈ ਅਸਾ ਪਲੇਟਫਾਰਮ ਨਹੀਂ ਹੈ ਜਿੱਥੇ ਜਾ ਕੇ ਇਨਸਾਨ ਆਪਣੇ ਅੰਦਰ ਦਾ ਕਥਾਰਸਿਸ ਕਰ ਸਕੇ ਆਪਣੇ ਅੰਦਰ ਦੀ ਪੜਾ ਉਸ ਕੱਢ ਸਕੇ ਆਪਣੇ ਅੰਦਰ ਜੋ ਗਰਦੋ ਗੁਬਾਰ ਜਮਾ ਹੈ ਜੋ ਤੂਫਾਨ ਜਮਾ ਹੈ ਜੋ ਕੋਈ ਵੀ ਜੋ ਅੰਦਰ ਜਮਾ ਹੈ ਉਸ ਨੂੰ ਕੱਢ ਸਕੇ ਇਹ ਅੰਦਰ ਬੰਦੇ ਦਾ ਮੇਨ ਹੋਲ ਹੈ ਬਲੈਕ ਹੋਲ ਕਿ ਜਿਹਦੇ ਵਿੱਚ ਜੋਸ਼ ਐ ਜਾਂਦੀ ਐ ਡੁੱਬ ਜਾਂਦੀ ਐ ਵਾਪਸ ਪਰਤ ਪਛਾਨੀ ਜਾਂਦੀ ਤੇ ਜਦੋਂ ਉਸ ਬਲੈਕ ਹੋਲ ਦੇ ਵਿੱਚੋਂ ਪੜਾਅਸ ਨਿਕਲਦੀ ਐ ਗੁਬਾਰ ਨਿਕਲਦਾ ਹੈ ਹਾਲਾਤ ਔਰ ਵਾਕਿਆਤ ਨੇ ਜੋ ਕੁਝ ਉਸ ਬੰਦੇ ਦੇ ਨਾਲ ਕੀਤਾ ਹੁੰਦਾ ਹੈ ਵੇਲਾ ਜੋ ਬੰਦਰਕੋਟ ਉਸ ਬੰਦੇ ਨੂੰ ਲਾਰੇ ਆ ਹੁੰਦਾ ਉਹ ਅੰਦਰ ਹੀ ਅੰਦਰ ਭੰਬੜ ਬਾਲ ਦਿੰਦਾ ਗੈਸ ਫੁਦਾ ਦਿੰਦਾ ਹੈ ਉਹਦੇ ਅੰਦਰ ਉਹ ਗੁਬਾਰ ਪੜਾ ਦਿੰਦਾ ਜਿਹੜਾ ਕਿ ਕਿਸੇ ਵੀ ਸੁਨਾਮੀ ਵਿੱਚ ਢਲ ਸਕਦਾ ਤੇ ਹੁੰਦਾ ਕੀ ਹੈ ਕਿ ਸਾਡੇ ਆਸ-ਪਾਸੇ ਸਿਆਣੇ ਵੀ ਹੁਣ ਨਾਨ ਸਿਆਣੇ ਹੋ ਗਏ ਨੇ ਕਿਸੇ ਕੋਲ ਐਸਾ ਰਸਤਾ ਦੱਸਣ ਦਾ ਟਾਈਮ ਕੋਈ ਨਹੀਂ ਕਿ ਉਹ ਅੱਜ ਕੱਲ ਦੇ ਬਾਲਾਂ ਨੂੰ ਸਮਝਾ ਸਕੇ ਕਿ ਆਪਣੀ ਪੜਾਸ ਆਪਣੀ ਗੈਸ ਆਪਣਾ ਕਥਾਰਸਿਸ ਐਸ ਕ੍ਰੀਏਟਿਵ ਮੈਥਡ ਦੇ ਰਾਹੀਂ ਕਢੋ ਜਾਂ ਐਸ ਮਸਬਦ ਰਸਤੇ ਰਾਹੀਂ ਕਢੋ ਇਹ ਇੱਕ ਜੈਨੂ ਰਸਤਾ ਹੈ ਕਿ ਜਿਹਦੇ ਵਿੱਚ ਨਾ ਸੋਸਾਇਟੀ ਨੂੰ ਤੁਸੀਂ ਦੁੱਖ ਦੇ ਸਕਨੇ ਹੋ ਨਾ ਆਪਣੇ ਆਪ ਨੂੰ ਪੜਾਅਸ ਨਿਕਲੇਗੀ ਕਥਾਰਸਿਸ ਹੋਏਗਾ ਗੈਸ ਨਿਕਲੇਗੀ ਤੇ ਸਾਰੇ ਰਸਤੇ ਵਾਜ਼ਾ ਹੋ ਜਾਣਗੇ ਮੰਜ਼ਲ ਵਾਜ਼ਾ ਹੋ ਜਾਏਗੀ ਪੰਜਾਬੀ ਬਾਲ ਤੋਂ ਲੈ ਕੇ ਬਾਬੇ ਤਾਈ ਸਾਰੀ ਸਾਇੰਸਦਾਨ ਨੇ ਪਰ ਮਨੂਵ ਸਮਝ ਨਹੀਂ ਆਂਦੀ ਕਿ ਉਹਨਾਂ ਦੀ ਸਾਇੰਸਦਾਨੀ ਮੇਰੇ ਨਜ਼ਦੀਕ ਅਲੀ مشکوਕ ਜਈ ਕਿ ਹੋਂਦੀ ਜਾ ਰਹੀ ਹੈ ਅਹੀਂ ਲੱਗਦਾ ਹੈ ਕਿ ਜਿਵੇਂ ਉਹਨਾਂ ਦੀ ਸਾਰੀ ਸਾਇੰਸਦਾਨੀ ਥਾਨੇ ਦੇ ਕਿਸੇ ਫਟੇ ਤੇ ਬੀ ਕੈਟਾਗਰੀ اے ਕੈਟਾਗਰੀ ਦੇ ਨੰਬਰ 1 ਨੰਬਰ 2 ਜਿਹੜਾ ਉਹਨਾਂ ਦੀ ਲਿਸਟ ਵਿੱਚ ਆ ਗਈ ਹੈ ਕਿ ਕੀ وجہ ਹੈ ਕਿ وجہ ਤੱਕ ਕੋਈ ایسی ਸਾਇੰਸ ایجاد ਨਹੀਂ ਕਰ ਸਕੇ ਜੋ انسان ਨੂੰ ਨਰਮ ਬਲ ਕਰ ਸਕੇ ਉਹਦਾ ਕਥਾਰਸਿਸ ਘਟ ਸਕੇ ਉਹਦੀ ਗੈਸ ਘਟ ਸਕੇ ਉਹਦੇ ਅੰਦਰ ਦਾ ਗੁਬਾਰ ਘਟ ਸਕੇ ਤੇ ਉਸ ਨੂੰ ਕੋਈ ਪੋਜ਼ਿਟਿਵ ਥਿੰਕਿੰਗ ਵਾਲੇ ਪਾਸੇ ਲਾ ਲਾ ਸਕੇ ਇਨੂੰ ਤੁਸੀਂ ਆਪਣੇ ਪੜ੍ਹੇ ਲਿਖੇ ਲੋਕ ਜੋ ਮਰਜ਼ੀ ਉਰਾਂ ਉਰਾਂ ਕਹੀ ਜਾਓ ਇਹ ਕਾਉਂਸਲਿੰਗ ਹੈ ਕਿ ਸਿਆਣੇ ਜਦੋਂ ਸਮਝਾਉਂਦੇ ਨੇ ਨਿਆਣੇ ਨੂੰ ਨਿਆਣਾ ਭਾਵੇਂ ਜਿੰਨਾ ਵੀ ਰਿਐਕਟ ਕਰੇ ਪਰ ਇਹ ਕਾਉਂਸਲਿੰਗ ਹੈ ਕਿ ਜਿਹਦੇ ਵਿੱਚ ਉਹ ਨਾ ਸਿਰਫ ਬਾਲ ਨੂੰ ਅਵੇਅਰਨੈਸ ਦੇ ਰਿਹਾ ਹੈ ਬਲਕਿ ਉਹਨੂੰ ਰਸਤੇ ਦੱਸ ਰਿਹਾ ਹੈ ਆਪਣੇ ਅੰਦਰ ਦਾ ਗੰਧ ਕਢਣ ਲਈ ਤੇ ਇੱਕ ਪੋਜ਼ਿਟਿਵ ਇਨਸਾਨ ਬਣਨ ਲਈ ਪਰ ਯਾਰ ਸਾਰੀ ਸਾਇੰਸਦਾਨੀ ਫੇਲ ਹੋ ਗਈ ਹੈ ਨਾ ਮਤਾਂ ਦੇ ਨਾਲੇ ਰਹਿ ਨਾ ਮਤਾਂ ਸੁਣਨ ਵਾਲੇ ਰਹਿ ਗਏ ਪਿੱਛੇ ਤੇ ਸੁੰਜਮ ਸੁਝਵੀਆਂ ਨੇ ਖਾਲੀ ਗਲੀਆਂ ਨੇ ਬੰਦ ਗਲੀਆਂ ਨੇ ਵਿੱਚ ਘੁੰਮੀ ਜਾਓ ਘੁੰਮੀ ਜਾਓ ਉਹੀ ਖੂਦਾ ਚੱਕਰ ਸ਼ਾਮੀ 1.5 ਲੱਖ ਹਜ਼ਾਰ ਗਿਨੋ ਅੱਖ ਖੁੱਲੇ ਖੋਪੇ ਉਤਰਨ ਤੇ ਚੱਕਰ ਉਹ ਇਕੋ ਚੱਕਰ ਤੇ ਬਿਹਤਰ ਹੈ ਕਿ ਤੁਸੀਂ ਕੰ ਚੱਕਰ ਬਣਨ ਦੇ ਬਜਾਏ ਕੋਈ ਐਸੇ ਪੋਜ਼ਿਟਿਵ ਰਸਤੇ ਲੱਭੋ ਜਿਹਦੇ ਵਿੱਚੋਂ ਤੁਹਾਡਾ ਕਥਾਰਸਿਸ ਵੀ ਹੋ ਸਕੇ ਤੁਹਾਡਾ ਗੁਬਾਰ ਨਿਕਲ ਸਕੇ ਤੁਹਾਡੀ ਗੈਸ ਨਿਕਲ ਸਕੇ ਤੇ ਤੁਸੀਂ ਬੜੇ ਪੁਰ ਸਕੂਨ ਤਰੀਕੇ ਦੇ ਨਾਲ ਆਪਣੀ ਫਿਊਚਰ ਪਲੈਨਿੰਗ ਕਰ ਸਕੋ ਜਿਹੜੇ ਵੇਲੇ ਵਿੱਚੋਂ ਜਿਹੜੇ ਹਾਲਾਤ ਵਿੱਚੋਂ ਜਿਹੜੇ ਵਾਕਿਆਚੋਂ ਗੁਜ਼ਰ ਰਹੇ ਹੋ ਉਸ ਦਾ ਹੱਲ ਲੱਭ ਲਈ ਤੁਹਾਨੂੰ ਐਨੀ ਇੱਕ ਸਹੂਲਤ ਮਿਲ ਜਾਏ ਐਨੀ ਇੱਕ ਤੜੇ ਸਾਂ ਜਨ ਕਿ ਤੁਸੀਂ ਵੇਲੇ ਸਿਰ ਆਪਣੇ ਮਸਲੇ ਦਾ ਹੱਲ ਕੱਢ ਸਕੋ ਵਰਕਤੇ ਗੱਲੇ ਹੈ ਕਿ ਗੱਲ ਨਿੱਕੀ ਜਈ ਯਾਰ ਫਰੂਕਾ ਕੀ ਬਣੇਗਾ ਇਸ ਦੁਨੀਆ ਦਾ ਮੈਨੂੰ ਉਤੇ ਕੋਈ ਸਮਝ ਨਹੀਂ ਤੁਹਾਨੂੰ ਹੈ ਜੇ ਸਮਝੋ ਤੇ ਸਮਝਾਓ ਕਹਾਣੀ ਬਨੇ ਲਾਓ ਗੱਲ ਨਿੱਕੀ ਜਾਈ ਯਾਰ ਫਰੂਕਾ ਕੀ ਬਨੇਗਾ ਇਸ ਦੁਨੀਆ ਦਾ ਗੱਲ ਨਿੱਕੀ ਜਾਈ